होली रंगां दा त्यौहार है ते इस त्यौहार नूं लोक एक दूसरे दे उत्ते रंग अते फुल सुट के मनाउंदे ने। पर कुछ लोग होली वाले दिन इन्नी हुल्लड़बाजी करदे ने कि पुलिस नूं उहनां दे उत्ते नकेल कसण दे लई अलर्ट होना पैंदा है। गुरदासपुर तो कुछ अजिहियां तस्वीरां सामने आईयां ने जिथे पुलिस दे वल्लों वाहन रोक के उहनां दी चैकिंग कीती गई। इस मौके उन्हां दे चलान भी कट्टे गए। जिक्रयोग है कि लोगों ने इस कार्रवाई का विरोध किया। लोगों का कहना है कि पुलिस धक्का कर रही है, दिन त्यौहार के उत्ते भी पुलिस नाके ला के उन्हां दे चलान कर रही है, जो कि सही नहीं है। दूसरे पासे डीएसपी ने कहा कि अज होली का त्यौहार है तो बाजार के विच नौजवान लड़के जानबूझ के शोर करते हैं और कई लोगों नूं परेशान भी करते हैं, जिस करके उन्होंने नज़र बनाई हुई है और लोगों नूं सबक सिखा रहे हैं जो अजिहा कर रहे हैं। ब्यूरो रिपोर्ट अज की आवाज़। सर आप जानने सारे बंद अगे ही मैं भी अगे जाने नारे कार है गई पुलिस की मैं जाने स्कूटरी रोकी पेट्रोल खत्म हो गया स्कूटरी रोकी उस तो बाद फिर सर ने रोकया धक्का मुक्की मारी सर कहते चाबी ला ली नाले और फल लिया नहीं सर मिली दो जाने पिछली बार 3 बजे तक होली खेडी है किसी पुलिस ने तंग नहीं किया इस बार क्यों तू धक्केशाही कर रहे हैं चाबिया ला रहे चाबी कानून नहीं है चाबी लाना किसी की मोटरसाइकिल स्कूटरी की उन्होंने रोको ਉਹਨੂੰ ਕਾਗਜ਼ ਪੁੱਛੋ ਪਰ ਚਾਬੀ ਲਾਉਣ ਤੱਕ ਮਤਲਬ ਮੇਰੀ ਖੁਦ ਹੀ ਚਾਬੀ ਲਾਈ ਇਹਨਾਂ ਨੇ ਹੁਣ ਦਿੱਤੀ ਜੇ ਅਮਨਦੀਪ ਕਹਿੰਦੇ ਹੁਣ ਰਵਾਜੇ ਕਰਦੇ ਪਏ ਇਹਨਾਂ ਸ਼ਹਿਰ ਵਾਸੀਆਂ ਨੂੰ ਨਾ ਹੋਲੀ ਦੀ ਵਧਾਈ ਦੇਣੀ ਕਹਿੰਦੇ ਸਾਰੇ ਸ਼ਹਿਰ ਵਾਸੀਆਂ ਨੂੰ ਹੋਲੀ ਦੀ ਵਧਾਈ ਹੈ ਹੋਲੀ ਦਾ ਤਿਉਹਾਰ ਇੱਕ ਬੜਾ ਪਵਿੱਤਰ ਜਿਹਾ ਤਿਉਹਾਰ ਹੈ ਇਹ ਆਮ ਲੋਕ ਮਨਾਉਂਦੇ ਪਹਿਲੇ ਜ਼ਮਾਨੇ ਦੇ ਵਿੱਚ ਬੜੀ ਵਧੀਆ ਹੋਲੀ ਤਰ੍ਹਾਂ ਮਨਾਈ ਜਾਂਦੀ ਹੁਣ ਥੋੜ੍ਹੀ ਜਿਹੀ ਹੁੱਲੜਬਾਜ਼ੀ 'ਚ ਹੋ ਗਈ ਹੈ ਮੁੰਡੇ ਮਨਾਉਂਦੇ ਆ ਅਤੇ ਜੇ ਮੁੰਡੇ ਜੰਗ ਬਲੱਡ ਮਨਾ ਹੀ ਰਹੇ ਨੇ ਤਾਂ ਉਹਨਾਂ ਨੂੰ 12 ਵਜੇ ਤੱਕ ਟਾਈਮ ਜ਼ਰੂਰ ਦੇਣਾ ਚਾਹੀਦਾ 12 ਵਜੇ ਤੱਕ ਹੋਲੀ ਖੇਡ ਲੈਣੀ ਚਾਹੀਦੀ ਹੈ ਕਿਉਂਕਿ 12 ਵਜੇ ਤੋਂ ਬਾਅਦ ਵੈਸੇ ਹੀ ਸ਼ਾਂਤ ਹੋ ਜਾਂਦੇ ਲੋਕ ਅਤੇ ਮੇਰੇ ਹਿਸਾਬ ਨਾਲ ਇਹ 'ਚ ਹੋਣਾ ਚਾਹੀਦਾ ਵੀ 12 ਵਜੇ ਤੱਕ ਮੁੰਡਿਆਂ ਨੂੰ ਟਾਈਮ ਦੇਣਾ ਚਾਹੀਦਾ ਵਾ ਚਲੋ ਕੋਈ ਨਹੀਂ ਅਸੀਂ ਸਾਡੀ ਉਮਰ ਜਦੋਂ ਇਹ ਵਿਆਹ ਗਏ ਇਹਨਾਂ ਨੇ ਹੋਲੀ ਦਾ ਨਾਂ ਹੀ ਭੁੱਲ ਜਾਣਾ ਅਤੇ ਜਿਹਨਾਂ ਦੇ ਘਰ ਬੱਚੇ ਹੋ ਗਏ ਇਹਨਾਂ ਨੂੰ ਹੋਲੀ ਦਾ ਨਾਂ ਹੀ ਨਹੀਂ ਆਉਣਾ ਇਹ ਉਮਰ ਹੁੰਦੀ ਇਹੋ ਜਿਹੀ ਹੁੰਦੀ ਹੈ ਵੀ ਇਹਨਾਂ ਨੂੰ ਇੰਜੋਏ ਕਰਨ ਦੇਣਾ ਚਾਹੀਦਾ ਕਿਉਂਕਿ ਇਹ ਤੋਂ ਬਾਅਦ ਮੁੜ ਕੇ ਸਾਰੇ ਆਪੋ ਆਪਣੇ ਕਾਰੋਬਾਰ 'ਚ ਬਿਜ਼ੀ ਹੋ ਜਾਂਦੇ ਨਾ ਹੋਲੀ ਲੱਭਣੀ ਨਾ ਕੋਈ ਗੱਲ ਨਾ ਬਾਅਦ ਇਹ ਤਿਉਹਾਰ ਹੀ ਮੁੱਕ ਗਏ ਆ ਹਿੰਦੁਸਤਾਨ ਦੇ ਵਿੱਚ ਇਹ ਤਿਉਹਾਰ ਮਨਾਉਣੇ ਚਾਹੀਦੇ ਆ ਸਰ ਚਲਾਨ ਅਸੀਂ ਉਹਨਾਂ ਦੇ ਕੱਟ ਰਹੇ ਹਾਂ ਜਿਹੜੇ ਹੁੱਲੜਬਾਜ਼ੀ ਕਰਦੇ ਟੈਂਪਰੇਰੀ ਕਰਦੇ ਉਹ 2 ਨੰਬਰ ਚੱਲਦੇ ਆ ਜਿਹੜੇ ਆਰਾਮ ਨਾਲ ਘਰ 'ਚ ਪਿਆਰ ਨਾਲ ਬੈਠ ਕੇ ਹੋਲੀ ਖੇਡਦੇ ਜਾਂ ਤਿਉਹਾਰ ਮਨਾ ਰਹੇ ਨੇ ਉਹਨਾਂ ਲਈ ਕੋਈ ਨਹੀਂ ਇੱਥੇ ਕਰ ਰਹੀ ਗਲਤ ਜਿਹੜੇ ਹੁੱਲੜਬਾਜ਼ੀ ਕਰ ਰਹੇ ਉਹਨਾਂ ਦੇ ਚਲਾਨ ਕੱਟ ਰਹੇ ਹਾਂ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਵੀ ਆਰਾਮ ਕਰਨਾ ਹੋਲੀ ਖੇਡਣ ਟੈਂਪਰੇਰੀ ਨਾ ਕਰਨ 2 ਨੰਬਰ ਦੇ ਮੋਟਰਸਾਈਕਲ ਪਰ ਨਾ ਜਾਣ ਅਤੇ ਆਰਾਮ ਨਾਲ ਹੋਲੀ ਮਨਾਉਣ ਦੇਖੋ ਦੇਖਿਆ ਜਾਵੇ ਤਾਂ ਲਗਾਤਾਰ ਨੌਜਵਾਨਾਂ ਨੂੰ ਸੇਧ ਵੀ ਨਹੀਂ ਮਿਲਦੀ ਦੇਖ ਕੇ ਕਿ ਕਿੰਨੀਆਂ ਘਟਨਾਵਾਂ ਵਾਪਰਦੀਆਂ ਪਰ ਫਿਰ ਵੀ ਹੁੱਲੜਬਾਜ਼ੀ ਤੋਂ ਬਾਜ਼ ਨਹੀਂ ਆਉਂਦੀ ਇਸ ਤਰ੍ਹਾਂ ਦੇ ਵਾਰ ਵਾਰ ਸੈਮੀਨਾਰ ਲਾਉਂਦੇ ਹਾਂ ਸਮਝਾਉਂਦੇ ਹਾਂ ਜੀ ਨਸ਼ਿਆਂ ਸੰਬੰਧੀ ਹੋਲੀਆਂ ਸੰਬੰਧੀ ਕੱਲ੍ਹ ਵੀ ਅਸੀਂ ਨਾਕੇ ਲਾਈ ਚਲਾਣ ਵਗੈਰਾ ਕੀਤੇ ਆ ਜੀ ਇਹਨੂੰ ਸਮਝਾ ਰਹੇ ਹਾਂ ਜੀ ਇਹਨਾਂ ਨੂੰ ਸਕੂਲਾਂ ਜਾ ਕੇ ਸੈਮੀਨਾਰ ਲਾਉਂਦੇ ਹਾਂ ਸਮਝਾਉਂਦੇ ਹਾਂ ਜੀ ਕਿ ਹੁੱਲੜਬਾਜ਼ੀ ਨਾ ਕਰਨ ਰੰਗਾਂ ਦਾ ਤਿਉਹਾਰ ਆ ਇਹਨਾਂ ਨੂੰ ਪਿਆਰ ਸ਼ਾਂਤ ਨਾਲ ਬਹਿ ਕੇ ਮਨਾਉਣ ਦੀ ਸਾਰ ਬਿਲਕੁਲ ਹੁਣ ਤੱਕ ਕਿੰਨੇ ਵੀ ਚਲਾਨ ਕੱਟੇ ਗਏ ਕੱਲ੍ਹ ਵੀ ਕਾਫੀ ਚਲਾਨ ਕੀਤੇ ਜੀ ਅੱਜ ਵੀ ਕਰ ਰਹੇ ਚਲਾਨ ਅਤੇ ਓਨਲੀ ਜਿਹੜੇ ਟਿੱਪਰ ਰੈਡਿੰਗ ਆ ਜਿਹੜੇ ਹੁੱਲੜਬਾਜ਼ੀ ਕਿਹੜੇ ਉਹਨਾਂ ਚਲਾਨ ਕਰ ਰਹੇ ਉਹਨੂੰ ਰੋਕਿਆ ਜਾ ਰਿਹਾ ਜੀ ਬਿਲਕੁਲ ਜਦੋਂ ਗੱਡੀ ਨੂੰ ਮੌਕੇ ਦੇ ਰੋਕਦੇ ਆ ਅਤੇ ਕਾਗਜ਼ਾਤ ਮੰਗੇ ਜਾਂਦੇ ਕਈ ਵਾਰੀ ਬਹਿਸਬਾਜ਼ੀ ਕਰਦੇ ਆ ਜਾਂ ਫੋਨ ਕਰਨਾ ਨੂੰ ਲਾਉਣੇ ਸ਼ੁਰੂ ਕਰ ਦਿੰਦੇ ਕਿਤੇ ਨਾ ਕਿਤੇ ਮੁਸ਼ਕਲਾਂ ਨਹੀਂ ਆਉਂਦੀਆਂ ਉਸ ਵਿੱਚ ਬਿਲਕੁਲ ਆਉਂਦੀ ਹੈ ਜੀ ਚਲਾਨ ਜਿਹੜਾ ਅਸੀਂ ਚਲਾਨ ਕਿਉਂ ਜਦ ਥੋੜ੍ਹਾ ਕਰਦੇ ਨਾ ਵੀ ਚਲਾਨ ਸਾਡਾ ਹੋ ਜਾਏ ਪਰ ਚਲਾਨ ਚਲੋ ਕਰਦੇ ਹਾਂ ਚਲਾਨ ਬਾਹਰ ਨਹੀਂ ਦੇ ਛੱਡਦੇ ਵੀ ਹੈਗੇ ਪਰ ਟਿਪ ਰਾਈਡਿੰਗ ਨਹੀਂ ਛੱਡਦੇ ਟਿਪ ਰਾਈਡਿੰਗ ਨੂੰ ਅਤੇ ਦੌੜ ਨੂੰ ਨਹੀਂ ਛੱਡਦੇ ਜੀ ਬਿਲਕੁਲ ਕਿਤੇ ਨਾ ਕਿਤੇ ਹੁਣ ਜਿਸ ਤਰ੍ਹਾਂ ਪੁਲਿਸ ਵੱਲੋਂ ਕੀਤਾ ਵੀ ਜਾਂਦਾ ਪੁਲਿਸ ਦੀ ਇੱਕ ਚੰਗੀ ਕਾਰਗੁਜ਼ਾਰੀ ਹੈ ਕਿ ਚਲੋ ਇਹ ਕ੍ਰਾਈਮ ਨੂੰ ਨੱਥ ਪਾਉਣ ਵਾਸਤੇ ਅਜਿਹੇ ਕਾਗਜ਼ਾਤ ਵੀ ਚੈੱਕ ਕੀਤੇ ਜਾਂਦੇ ਪਰ ਇਹ ਲੋਕ ਜਦੋਂ ਘਰ ਤੋਂ ਨਿਕਲਦੇ ਨੇ ਕਾਗਜ਼ ਨਹੀਂ ਲੈ ਕੇ ਆਉਂਦੇ ਆਪਣਾ ਡਰਾਈਵਿੰਗ ਲਾਇਸੈਂਸ ਤੱਕ ਨਹੀਂ ਲੈ ਕੇ ਆਉਂਦੇ ਲੋਕਾਂ ਨੂੰ ਖੁਦ ਅਵੇਅਰਨੈਸ ਚਾਹੀਦੀ ਇਹੀ ਸਮਝਾਉਂਦੇ ਸੈਮੀਨਾਰ ਲਾ ਕੇ ਚਲਾਉਣ ਦਾ ਮਕਸਦ ਇਹ ਹੁੰਦਾ ਕਿ ਜਿਹੜੇ ਹੁੰਦੇ ਆ ਲਾਇਸੈਂਸ ਰਾਤ ਦੀ ਲਾਇਸੈਂਸ ਨਾ ਰੱਖੇ ਡਾਕੂਮੈਂਟ ਕੋਈ ਰੱਖਣ ਲੋਕਾਂ ਨੂੰ ਸਮਝਾਉਂਦੇ ਅਸੀਂ ਨੌਜਵਾਨ ਦਾ ਜਾਤ ਦੇ ਕੰਮ ਕਰਦੇ ਆ ਜਿਹੜੇ ਹੁੱਲੜਬਾਜ਼ ਬਾਕੀ ਸਭ ਹਰ ਕਿਸਮ ਦਾ ਆਪਣੇ ਡਾਕੂਮੈਂਟ ਲੈ ਕੇ ਨਾਲ ਚੱਲਦਾ ਪੂਰੇ ਠੀਕ